ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਪੰਜਾਬੀ ਟ੍ਰਿਬਿਊਨ ਮੰਗਲਵਾਰ 4 ਜਨਵਰੀ ਸਮੀਖਿਆ ਰਹਿ ਗਈ ਸੀ, ਉਦਾਸ ਹੋਣੇ ਕਰਨ ਲੱਗਾ ਤੇ ਫਿਰ ਬਾਅਦ ਸਮਾਂ ਮਿਲਣ ਤੇ 5 ਜਨਵਰੀ ਦੀ ਪੰਜਾਬੀ ਟ੍ਰਿਬਿਊਨ ਦੀ ਸਮੀਖਿਆ ਕੀਤੀ ਜਾਵੇਗੀ। ਸ਼ਾਹ ਵੱਲੋਂ ਸੁਰੱਖਿਆ ਹਾਲਾਤ ਦੀ ਸਮੀਖਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਲਮੀ ਦਹਿਸ਼ਤੀ ਜਥੇਬੰਦੀਆਂ ਸਾਈਬਰ ਸਪੇਸ ਦੀ ਦੁਰਵਰਤੋਂ ਅਤੇ ਵਿਦੇਸ਼ੀ ਦਹਿਸ਼ਤਗਰਦਾਂ ਦੀ ਘੁਸਪੈਠ ਸਮੇਤ ਮੁਲਕ ਨੂੰ ਦਰਵੇਸ਼ ਹੋਰ ਚੁਣੌਤੀਆਂ ਬਾਰੇ ਸਮੀਖਿਆ ਕੀਤੀ। ਆਪ ਸਮੀਖਿਆ ਕਰਦੇ ਪਏ ਨੇ ਕਿ ਬਾਹਰੋਂ ਖਤਰੇ ਨੇ। ਸਭ ਤੋਂ ਵੱਡਾ ਖਤਰਾ ਤਾਂ ਸਾਡੇ ਦੇਸ਼ ਨੂੰ ਭਾਜਪਾ ਤੋਂ ਹੀ ਹੈ। ਕੋਈ ਜਿਹੜੀ ਭਾਜਪਾ ਏ, ਇਕ ਦੇਸ਼ ਧਰੋਈ ਪਾਰਟੀ ਏ, ਮੋਦੀ ਵੀ ਦੇਸ਼ ਧਰੋਈ ਨੇ, ਕਿਉਂਕਿ ਭਾਰਤੀ ਸੰਵਿਧਾਨ ਅਨੁਸਾਰ ਹਿੰਦੂ ਸਿੱਖ ਮੁਸਲਿਮ ਈਸਾਈ ਸਾਰੇ ਭਾਈ ਭਾਈ ਨੇ। ਲੇਕਿਨ ਇਹ ਕਹਿ ਰਿਹਾ ਹਿੰਦੀ ਹਿੰਦੂ ਹਿੰਦੁਸਤਾਨ, ਹਿੰਦੁਸਤਾਨ ਹਿੰਦੂਆਂ ਦਾ ਹੈ, ਤੇ ਇਹੀ ਬੋਲੀ ਹੁਣ ਰਾਹੁਲ ਨੇ ਵੀ ਸ਼ੁਰੂ ਕਰਤੀ ਏ, ਕਿਉਂਕਿ ਇਹ ਹਿੰਦੂ ਪਤਾ ਵੋਟ ਕੇ ਵਰਤ ਕੇ ਵੋਟ ਸਿਆਣਾ ਚਾਹੁੰਦੇ ਨੇ। ਜੋ ਲੋਕ ਹੋ ਗਏ ਨੇ ਸਿਆਣੇ, ਹੁਣ ਕੋਈ ਇਹਨਾਂ ਨੇ ਵੀ ਮੋਦੀ ਦੀ ਅਮਿਤ ਸ਼ਾਹ ਦੀ ਖੱਟਰ ਦੀ ਜਾਂ ਯੋਗੀ ਦੀ ਗੱਲਾਂ ਚ ਨਹੀਂ ਆਉਣਾ, ਤੇ ਇਹ ਦੇਸ਼ ਸਾਰਿਆਂ ਦਾ ਸਾਂਝਾ ਹੈ। ਤੇ ਹੁਣ ਜੇ ਖਤਰਾ ਪੈ ਰਿਹਾ ਬਾਹਰੋਂ, ਇਹ ਇਹਨਾਂ ਦੀ ਕੀਤੀ ਦਾ ਹੀ ਫਲ ਏ। ਤੇ ਮੈਂ ਕਹਿੰਦਾ ਭਾਈ ਉਨ੍ਹਾਂ ਦੇ ਖਤਰੇ ਦੀ ਗੱਲ ਬਾਅਦ ਚ ਕਰੀਏ, ਪਹਿਲਾਂ ਖਤਰਾ ਦੇਸ਼ ਨੂੰ ਤੁਹਾਡੇ ਤੋਂ ਏ ਕਿ ਤੁਸੀਂ ਦੇਸ਼ ਧਰੋਹੀ ਹੋ, ਦੂਜਾ ਤੁਸੀਂ 750 ਕਿਸਾਨਾਂ ਦਾ ਕਤਲ ਕੀਤਾ, ਤੁਸੀਂ ਕਾਤਲ ਵੀ ਹੋ। ਤੇ ਤੁਹਾਡੇ ਦੇ ਮੁਕਾਬਲਾ ਜਿਹੜਾ ਕਤਲ ਦਾ ਤੇ ਦੇਸ਼ ਧਰੋਹੀ ਦਾ, ਤੇ ਤੁਹਾਨੂੰ ਇਲੈਕਸ਼ਨ ਲੜਨ ਦੇ ਅਯੋਗ ਕਰਾਰ ਦੇਣਾ ਚਾਹੀਦਾ, ਤੇ ਭਾਜਪਾ ਪਾਰਟੀ ਇਲੈਕਸ਼ਨ ਕਮਿਸ਼ਨਰ ਨੇ ਖਤਮ ਹੀ ਕਰ ਦੇਣੀ। ਇਸ ਕਰਕੇ ਬਈ ਉਹ ਭਰਾ ਮੇਰਿਆ ਬਚ ਕੇ ਰਹਿਣਾ। ਤੇ ਅਗਲੀ ਖਬਰ ਏ, ਨੀਟ ਪੀਜੀ ਦਾਖਲੇ ਰਾਖਵਾਂ ਕਰਨ ਕੇਸ ਤੇ ਜਲਦੀ ਸੁਣਵਾਈ ਦੀ ਮੰਗ, ਫਿਲਣ ਛੱਡੋ। ਅੱਗੇ ਆ ਗਿਆ ਜੀ ਬੋਫਰੋਜ਼ ਕੇਸ ਲੜ ਰਹੇ ਵਕੀਲ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਦਾ ਦਾਅਵਾ। ਬੋਫਰੋਜ਼ ਤੋਪਾਂ ਆਈਆਂ ਸੀ ਬਾਹਰੋਂ, ਇਹ ਚੋਂ ਭਾਜਪਾ ਨੇ ਮੋਦੀ ਹਰਾਂ ਨੇ ਰਾਜਾ ਕੇ ਪੈਸਾ ਖਾਧਾ, ਤੇ ਹੁਣ ਜੇ ਕੇਸ ਪਿਆ ਤੇ ਜਿਨ੍ਹੇ ਵਕੀਲ ਨੇ ਕੇਸ ਲੜਨਾ ਉਹਨੂੰ ਧਮਕੀਆਂ ਦੇ ਦਿੱਤੀਆਂ ਨੇ। ਉਹ ਜਿਸਦਾ ਸਾਹਿਬ ਡਾਡਾ ਹੋਏ ਉਸ ਨੂੰ ਮਾਰ ਨਾ ਸਕੇ ਕੋਏ। ਅੱਗੇ ਖਬਰ ਆ ਗਈ ਜੀ ਲਖੀਮਪੁਰ ਖੀਰੀ ਕਾਂਡ, ਸ਼ੀਸ਼ ਮਿਸ਼ਰਾ ਸਣੇ 14 ਖਿਲਾਫ਼ ਚਾਰਜਸ਼ੀਟ। ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਮੁੱਖ ਮੁਲਜ਼ਮ ਵਜੋਂ ਨਾਮਜ਼ਦ। ਜਿਹੜੇ ਗ੍ਰਹਿ ਮੰਤਰੀ ਜਾਂ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਹੀ ਆਪਣਾ ਕਿਸਾਨਾਂ ਨੂੰ ਮਾਰਦਾ ਪਿਆ ਆਪਣੀ ਵਹੀਕਲ ਦੇ ਥੱਲੇ ਦਰੜ ਕੇ, ਉਹਦਾ ਪਿਓ ਕਿੱਦਾਂ ਦਾ ਹੋਏਗਾ ਤੇ ਪਿਓ ਦਾ ਪਿਓ ਮੋਦੀ ਕਿੱਦਾਂ ਦਾ ਹੋਏਗਾ? ਇਹਨਾਂ ਦਾ ਬਸ ਚੱਲੇ ਨਾ, ਤੇ ਜਿੰਨੇ ਗੈਰ ਹਿੰਦੂ ਨੇ, ਭਾਵੇਂ ਉਹ ਸਿੱਖ ਹੋਣ ਚਾਹੇ ਮੁਸਲਿਮ ਹੋਣ ਜਾਂ ਸਾਈ ਹੋਣ, ਇਹ ਜਾਨੋ ਹੀ ਮਾਰ ਦੇਣ। ਪਰ ਜੇ ਮੁਗਲ ਰਾਜ ਜਿਹੜਾ ਪੱਟੀਆਂ ਗਈਆਂ, ਪੱਟੀਆਂ ਨਹੀਂ ਜਾਣੀਆਂ ਨੇ, ਲੋਕਾਂ ਦੇ ਮਨੋਂ ਲੈ ਚੁੱਕੇ ਨੇ, ਤੇ ਲੋਕੀ ਕਹਿੰਦੇ ਨੇ ਵੀ ਕਿੱਡੀ ਨਲਾਇਕੀ ਕੀਤੀ ਮੋਦੀ ਨੇ, ਨੋਟਬੰਦੀ ਕਰਤੀ, ਫਿਰ ਕਰਤੀ ਆਪਣਾ GST ਤੇ ਹੋਰ ਕਿੰਨਾ ਕੁਛ ਐਸਾ ਕੀਤਾ ਕਿ ਜਿਹੜਾ ਨਾ ਇੱਕ ਨਾਰਮਲ ਬੰਦਾ ਨਹੀਂ ਕਰ ਸਕਦਾ। ਲੱਗਦਾ ਮੋਦੀ ਸਾਹਿਬ, ਅਮਿਤ ਸ਼ਾਹ, ਖੱਟਰ, ਯੋਗੀ, ਅੰਬਾਨੀ ਆਪਣਾ ਦਿਮਾਗੀ ਤਵਾਦਨ ਖੋ ਚੁੱਕੇ ਨੇ। ਭਾਈ ਆਪਣਾ ਇਲਾਜ ਕਰਾ ਲੋ, ਘਰ ਇਲਾਜ ਕਿਉਂ ਕਰਾਉਂਦੇ ਹੋ? ਜੋ ਕਰਨਗੇ ਸੋ ਭਰਨਗੇ, ਦੋਗੇ ਉਦਾਸ। ਹੁਣ ਤੁਹਾਡੀ ਸਭ ਤੋਂ ਵੱਡੀ ਸਜਾ, ਤੁਹਾਡੇ ਮਨਾਂ ਚ ਸ਼ਾਂਤੀ ਆਈ ਨਹੀਂ, ਹਰ ਪਾਸੇ ਤੁਹਾਡਾ ਵਿਰੋਧ ਹੀ ਹੋ ਰਿਹਾ, ਤੇ ਕੋਰਟ ਵੀ ਤੁਹਾਡੇ ਖਿਲਾਫ਼ ਹੋ ਗਈਆਂ ਨੇ, ਤੇ ਸਾਰੀਆਂ ਸਟੇਟਾਂ ਤੁਹਾਡੇ ਖਿਲਾਫ਼ ਹੋ ਗਈਆਂ ਨੇ, ਤੇ ਮੈਨੂੰ ਉਹ ਦਿਨ ਦੂਰ ਨਹੀਂ ਲੱਗਦਾ ਆਰਮੀ ਨੇ ਤੁਹਾਡੇ ਖਿਲਾਫ਼ ਹੋ ਜਾਣਾ, ਤੇ ਦੇਸ਼ ਵਿਚ ਜਿਹੜਾ ਫਿਰ ਟੈਮੋ ਕਿਸੇ ਕਤਲ ਕਰੇਗਾ ਨਾ, ਤੇ ਫਿਰ ਆਰਮੀ ਨੂੰ ਦੇਸ਼ ਦਾ ਚਾਰ ਸੰਭਾਲਣਾ ਹੀ ਪੈਣਾ। ਜਦਕਿ ਮੈਂ ਚਾਹੁੰਦਾ ਨਹੀਂ ਇਹ ਕੰਮ ਹੋਵੇ, ਪਰ ਇਸ ਦੇ ਹੋਣ ਦੀ ਸੰਭਾਵਨਾਵਾਂ ਬਣ ਰਹੀਆਂ ਨੇ। ਇਹ ਮੈਂ ਕਹਿ ਰਿਹਾ ਮਨ ਕੀ ਬਾਤ, ਮੇਰੀ ਮਨ ਕੀ ਬਾਤ ਸ਼ੁਰੂ ਹੋ ਗਈ ਹੈ। ਮੋਦੀ ਸਾਹਿਬ, ਨਕਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕਿਉਂ ਨਹੀਂ ਹੋਈ? ਦੁੱਲੋ, ਇਹ ਹੈਗਾ ਸਿੱਧੂ ਦਾ ਪਿੱਠੂ, ਤੇ ਇਹਨੂੰ ਹੋਰ ਗੱਲਾਂ ਤਾਂ ਨਜ਼ਰ ਨਹੀਂ ਆਈਆਂ, ਤੇ ਇਹਨੇ ਵੇਖਿਆ ਵੀ ਹੁਣ ਇੱਥੇ ਤਵਾ ਕਿਵੇਂ ਲੱਗ ਸਕਦਾ। ਉਹ ਜਿਹੜੇ ਮੂਰਖ ਚੰਨੀ ਸਰਕਾਰ ਚ ਰਹਿ ਕੇ ਚੰਨੀ ਦਾ ਵਿਰੋਧ ਕਰ ਰਹੇ ਨੇ, ਉਹਨਾਂ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ। ਸੋ ਮੈਂ ਬੇਨਤੀ ਕਰਾਂਗਾ ਸਾਰੇ ਕਾਂਗਰਸੀਆਂ ਨੂੰ, ਇੱਕ ਵੱਡੀ ਕਾਨਫਰੰਸ ਕਰੋ, ਸਭ ਤੋਂ ਪਹਿਲਾਂ ਸੋਨੀਆ ਨੂੰ ਕੱਢੋ, ਕਿ ਜਿਹਨੇ ਇਹ ਸਿੱਧੂ ਨੂੰ ਸ਼ਰਾਰਤੀ ਅੰਸਰ ਨੂੰ ਛੱਡ ਦਿੱਤਾ, ਜਿਹੜਾ ਉਹਦੇ ਕੋਲੋਂ ਮੁੰਨੀ ਬਾਈ ਵੀ ਸੁਣ ਲਿਆ ਤੇ ਮੁੰਡੇ ਬਾਰੇ ਪੱਪੂ ਵੀ ਸੁਣ ਲਿਆ ਤੇ ਉਹਨੂੰ ਅੱਗੇ ਕਰਤਾ ਸੂ, ਤੇ ਚੰਨੀ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰੀ, ਚੰਨੀ ਨੇ ਵਰਤਿਆ, ਤੇ ਦੇਸ਼ ਧਰੋਈ ਸਭ ਤੋਂ ਵੱਡੀ ਸੋਨੀਆ ਹੈ, ਉਸ ਤੋਂ ਵੱਡਾ ਹੈਗਾ ਰਾਹੁਲ ਜਿਹੜਾ ਕਹਿੰਦਾ ਭਾਰਤ ਹਿੰਦੂਆਂ ਦਾ ਦੇਸ਼ ਹੈ, ਤੇ ਇਹਨਾਂ ਨਲਾਇਕਾਂ ਨੇ ਇਹ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਇਹਨਾਂ ਨੂੰ ਇਲੈਕਸ਼ਨ ਲੜਨ ਦੇ ਅਯੋਗ ਕਰਾਰ ਦਿੱਤਾ ਜਾਵੇ। ਤੇ ਸਿੱਧੂ ਨੂੰ ਵੀ ਤੇ ਦੁੱਲੋ ਨੂੰ ਵੀ, ਸੋ ਸਾਰੇ ਪਿੱਠੂਆਂ ਨੂੰ ਵੀ, ਇਹ ਸਿੱਧੂ ਕ੍ਰਮਣ ਦਾ ਬਿਰੂਪੀ ਹੈ, ਇਹ ਗਿਲਗਿਟ ਦਾ ਰੰਗ ਬਦਲਦਾ, ਕਦੇ ਜਾਂਦਾ ਕਪਲ ਦੇ ਸ਼ੋਅ ਵਿਚ, ਉਥੋਂ ਪੈਸੇ ਲੁੱਟਦਾ, ਫਿਰ ਵੇਖਿਆ ਵੀ ਆਹਾ ਪੈਸੇ ਕਮੀ ਆ ਗਈ ਏ, ਤੇ ਚਲੋ ਕੈਪਟਨ ਦੇ ਪਿਛਲਾ ਬਣ ਕੇ ਨੋਟ ਲੁੱਟੋ, ਫਿਰ ਵੇਖਿਆ ਕੈਪਟਨ ਨੇ ਅੱਖਾਂ ਵਹਾਤੀਆਂ ਨੇ, ਫਿਰ ਤੁਸੀਂ ਆਪਣਾ ਭਾਜਪਾ ਧੱਕੇ ਖਾ ਲਓ,
फिर कदे दरबार साहब दस दस बंदा लै शक्की प्रदर्शन लई, कदे फतेहगढ़ साहब पत्तां कोल सरोपे लै लो। आह हा, दुनिया सब तो वड्डा मूर्ख इंसान है सिद्धू ते इहदे पिछला बंदे जिन्हें, इन्हां सारिआं देश निकाला मिलना चाहीदा है ते इन्हां ते देश द्रोह दा मुकदमा चलना चाहीदा है। अगे आई खबर जी, आप ने पांच होर विधान सूची जारी की, भावे तुसी पंजाह भावे पांच सौ विधान जारी करो, सब दियां जमानतां जो तुहाडियां केजरीवाल केड़े बाग दी मूली हो तुसी। मलिक ने सच बोलिया ता मोदी शाह इस्तीफा देण, कांग्रेस मैं कांग्रसियां नूं कांग्रेस जी गल्लां तां करदे पर सियाणियां, पर तुहाडे चो सब तों नालायक हैगा राहुल ते सोनिया, इहनूं कड्ढो ते कांग्रेस आप चलाओ तां मैं तुहाडे नाल हां, नहीं तां तुसी बुजदली हैगे हो, उहनां थल्ले लगे होए हो। ये नेहरू खानदान ने ना हिन्दुस्तान का भला घट किया, बेड़ा गर्क ज्यादा किया। अगे आ गया जी, पटियाला भाखड़ा च कार डिगण कारण परिवार के पांच मैंबर डुबे, मां धीआं दीआं लाशां मिलियां, पिता समेत धी ते पुत दी लाश जारी। ते बड़े दुख भरी खबर है, सो जिहड़े गुजर गए ने उहनां नाल मेरी सहानुभूति है, ते मैं कहना सारी मनुखता नूं इहनां दुखियारियां दी जिन्नी मदद हो सकी करनी चाहीदी है, सरकारां ने तां इक आयुआशी करना। अगे खबर आ गई है जी, सिद्धू वालों मैं लावां लई वादियां दी झड़ी। आह, सिद्धू ने वेख्या ना हुण केजरीवाल दा आपे रिश्ता दिंदा पिआ, मैं दो दिन मैं कहना केजरीवाल अंदर जाऊगा सिद्धू भी जाऊगा, जब रिश्वत लैके वोटां लैंदा उह तां संविधान दे इलैक्शन कमीशन चिट्ठी लिख रहे हां कि सिद्धू नूं भी अंदर करो ते केजरीवाल नूं भी अंदर करो, जिहड़ा पैसे वंड रहा नहीं लोकां नूं एजुकेशन नहीं देनी, मैडिकल एड नहीं देनी तां कि लोक जागरूक ना हो जाण, ते जनानियां दा साथ कदे भुखा नहीं मरदा, उन्होंने पैसे खुआ के वोटां लगे ने लुट्टण, ओ भाई वोटां लुट्टण दी जड़ियां सिद्धू प्यारिया तेरी जमान है जबत, मैं कहना जबत च छड़ के तू लाके खलो नहीं सकना, तेनू योग करार देंगे, ते तू है कि डबाग दी मूली तू, ते अठ सिलेंडर मुफ्त उतो वैसे कर रहे पैसे वंडिया, तेरे बहुत पैसे उछलते ने, कपल को बथेरा कमाया ही, ते हुण तेनू ओहदे दी भुख पै गई, कख नहीं रहना सिद्धू तेरा। ते हफ्ते बाद लाडी दी घर वापसी, आह वेखो भी रूपीए कदे जांदे ने चरनी चन्नी ते मनप्रीत बादल दी हाजरी च कांग्रेस च मुड़ शामल होए बलविंदर गाडी, पहला बार खे खांड चले गए, हुण वेख्या भी भाजपा आधार कमजोर हो गया क्योंकि वह है ही कातलां दी पार्टी, हुण वापस आ जाओ, इहो जिहे बंदे नूं चुके बाहर मारना चाहिए, जिहड़ा गिरगड़ा रंग बदलदा चाहिदा बदलदा, इह नकम्मा आदमी है लाडी। ते हुण खबर आ गई जी, पंजाब दे डीजीपी दी चोण लई यूपीएससी की मीटिंग अज, चलो भाई करी चलो इस कुछ नहीं कहना, एवं सरकार के कमने एवं कहना पंगा लीए, प्रधानमंत्री पंजाब देणगे नवा चोण तोहफा, चोण तोहफा नहीं नोट वंडणगे क्योंकि बथेरे उन्होंने लुटे लोगों को, राजघाट बंदा नोट ना लुटे इंडिया चो आया सारे, जहां से गंदा हिन्दुस्तान हमारा, जिथे प्रधानमंत्री लुटदा भाजपा भी लुटदी है कांग्रेस भी लुटदी है, तुहाडी चन्नी साहब नूं छड्ड के बाकी तुहाडे आम आदमी पार्टी भी लुटती है, सारे लुटेरे कट्ठे किए हुए ने, हर शाख उल्लू बैठा है अंजामे गुलस्तां क्या होगा। सो हुण इक होर आया रिश्वत खोरे भी चुके इहनूं अंदर दिओ जिहड़ा रिश्ता वंडदा पिआ, ये नहीं पंजाब लई करना की है, पैसे वंड दिओ पैसे, अज तक क्यों नहीं वंडे हैं भरा मेरिया, इलैक्शन दिस पई है अज तक थाने मंगा मनिया नहीं, इलैक्शन वेखे हुण हारदे पिआ फिर मंगा मन लो, ते नाल मंगा मान के नाल बम धमाके करा दिओ, वाह मूर्खा वाह मूर्खा वाह मूर्खा। इमरान दी साबका पत्नी ओ क्या बात है, हमले जवाल वाल बजी, हुण देखो किनियां पत्नियां रखनियां ने, हुण रखो रब दा वेखदा पिया ना बाई, ते झट होर गुनाह देना की है, अपने धर्म की पालना करो पर नफरत की भाषणा च ना उलझो। नायडू हैगा तो उपराष्ट्रपति मोदी दा है, शुक्र ए दी अणख जागी है, मैं कहना भाजपा जिन्हें नेक दे इंसान है सारे जागवो, सारे पार्टी छड़ जाओ, ते सारे ना चन्नी साहब ना शामिल हो जाओ, सिद्धू नूं भी कढ़ो सोनिया नूं भी कढ़ो राहुल नूं भी कढ़ो, ते केजरीवाल नूं भी अंदर दिओ मोदी नूं भी अंदर दिओ, ते अपना जिहड़े रिश्ता वंडदे पए ने, ते बाकी कांग्रेस नूं मजबूत करो, जे ये सारे कढ़ दोगे ते मैं तुहाडे नाल लखां वोटां नहीं सारा संसार जोड़ देंगा। अगे आ गई जी खबर, मैं खबरां पहले छपेरियां ने, ते चोणां वाले पंज राज्यां नूं टीकाकरण दा घेरा बधांदे दा, चलो वधाई चलो जिन्हें टीके लगे वो बड़े खट गए ने, उहनां चों कई बंदे टुर गए होए ने, टीका पखंडी इक ते इह सरकार होई है कोविड लगा दिया है जी, सब पखंड है, तरव संसद मामले दूजी FIR दर्ज, चलो इहनूं छड्डो। पंजाब कोरोना दे केस होर सिया पातशाह जग जरंदा रख लै अपनी कृपा धार, क्रूज सवार 2000 लोगों 66 कोरोना पॉजिटिव, भाई
क्रूज चार होकर रब का ना जपया करो, कुछ नहीं कहता करोना। जो दरबार सा लखा संगत जुड़दिया ने करोना कुछ नहीं कहना, तुहानू की कहन लग गया। तो मेरा ख्याल है फ्रंट ते लास्ट पेज की व्याख्या की है, बाकी मैं कर दिना ते हमने यूट्यूब ते पाण लगा। वाहिगुरु खालसा वाहिगुरु फतेह।